ਹੁਣ ਤਾਂ ਜਨਾਬ ਐ ਮੈਨੂੰ ਜਿਹੜਾ ਬੰਦਾ ਚੀਖੀ ਜਾ ਰਿਹਾ ਕਹਿੰਦਾ ਜੀ ਬਿੱਲ ਇਤਨੇ ਆ ਗਏ, ਬਿੱਲ ਇਤਨੇ ਆ ਗਏ। ਤੇ ਮੈਂ ਆਖਿਆ ਹੁਣ ਤਾਂ ਟਰੱਕ ਵਾਲਿਆਂ ਨੂੰ ਵੀ ਸਮਝ ਆਈ, ਹੁਣ ਗਿਣ ਤਬਦੀਲੀ ਦਾ ਮਜ਼ਾ। ਹੁਣ ਤਾਂ ਟਰੱਕ ਵਾਲਿਆਂ ਵੀ ਪਿੱਛੇ ਲਿਖਣਾ ਸ਼ੁਰੂ ਕਰ ਦਿੱਤਾ। ਉਹਨੇ ਕਿਹਾ ਹੁਣ ਗਿਣ ਤਬਦੀਲੀ ਦਾ ਮਜ਼ਾ, ਤੇ ਗਿਣੋ ਤਬਦੀਲੀ ਦੇ ਮਜ਼ੇ। ਅਸੀਂ ਤਾਂ ਤੁਹਾਨੂੰ ਕਹਿੰਦਾ ਸੀ ਜਲਿਓ ਕਾਇਨਾਤ ਚ ਕੋਈ ਕੁਛ ਨਹੀਂ ਦੇ ਸਕਦਾ, ਜਦ ਵੀ ਕੋਈ ਤਬਦੀਲੀ ਆਏਗੀ, ਜਦ ਕੋਈ ਖੁਸ਼ਹਾਲੀ ਆਏਗੀ, ਜਦ ਵੀ ਅਮਨ ਆਏਗਾ, ਅਦਲ ਆਏਗਾ, ਇਨਸਾਫ ਆਏਗਾ, ਉਹ ਸਿਰਫ ਰਸੂਲੁੱਲਾ ਕੇ ਦੀਨ ਸੇ ਆਏਗਾ। ਬਸ ਅੱਲਾ ਰਸੂਲ ਦਾ ਆਇਆ ਹੁੰਦਾ ਤੇ ਜਨਾਬ ਇਹਨਾਂ ਖਤਮੇ ਨਬੂਵਤ ਉੱਤੇ ਬਕ ਬਕ ਕਰਨੀ ਸੀ ਟੀਵੀਆਂ ਤੇ ਆ ਕੇ ਅੱਲਾ ਰਸੂਲ ਨੂੰ ਰਾਜ਼ੀ ਨਹੀਂ ਕਰ ਰਿਹਾ, ਤੁਹਾਡੇ ਵੋਟਰਾਂ ਨੂੰ ਰਾਜ਼ੀ ਕਰ ਰਿਹਾ। ਤੇ ਉਸ ਤੋਂ ਵੱਡਾ ਕਿਹੜਾ ਖਬੀਸ ਹੋਣਾ ਕਾਇਨਾਤ ਵਿੱਚ ਜਿਹੜੇ ਐਡੇ ਵੱਡੇ ਜ਼ਾਲਮਾਂ ਨੂੰ ਫਿਰ ਵੋਟ ਦੇਵੇ, ਜਿਹੜਾ ਕਿਸੇ ਦਾ ਕੋਈ ਚਮਚਾ ਕੜਛਾ ਬੈਠਿਆ ਮੇਰੇ ਉਹਦੇ ਨਾਲ ਗੁਫ਼ਤਗੂ ਹੀ ਕੋਈ ਨਹੀਂ। ਮੈਂ ਉਹਦੇ ਵਾਸਤੇ ਇੱਕੋ ਦੁਆ ਮੰਗਦਾ, ਅੱਲਾ ਕਿਆਮਤ ਤੱਕ ਉਹਦੀਆਂ ਨਸਲਾਂ ਨੂੰ ਵੀ ਇਹਨਾਂ ਦਾ ਗੁਲਾਮ ਰੱਖੇ, ਤੇ ਐਵੇਂ ਜਿਵੇਂ ਇਹ ਬਰਬਾਦ ਹੋਏ ਉਹਦੀ ਨਸਲਾਂ ਵੀ ਬਰਬਾਦ ਹੋਵਨ। ਤੇ ਜਿਹੜਾ ਹਜ਼ੂਰ ਦਾ ਗੁਲਾਮ ਬੈਠਿਆ ਮੈਂ ਉਹਦੇ ਵਾਸਤੇ ਦੁਆ ਮੰਗਦਾ ਤਾਂ ਕਿਆਮਤ ਉਹਨਾਂ ਦੀਆਂ ਨਸਲਾਂ ਵੀ ਹਜ਼ੂਰ ਦੇ ਗੁਲਾਮ ਰਹਿਣ। ਜਾਕਰ ਅਕਵਾਮ ਮੁਤਹਿਦਾ ਮੇਂ ਹਜ਼ੂਰ ਕੀ ਇੱਜ਼ਤ ਕੀ ਬਾਤ ਕਰਤਾ ਹੈ ਜੋ ਮੁਮਤਾਜ਼ ਕੋ ਕਾਤਿਲ ਕਹਿ ਰਹਾ ਹੈ, ਆਸੀਆ ਮਲੂਨਾ ਕੋ ਰਿਹਾ ਕਰਨੇ ਵਾਲਾ, ਔਰ ਉਸਕੇ ਬਦਲੇ ਮੇਂ ਤਾਰੀਖ ਲੱਭਾ ਹੈ ਕਿ ਯਾ ਰਸੂਲ ਅੱਲਾ ਕੇ ਹਜ਼ਾਰੋਂ ਕਾਰਕੁਨੋਂ ਕੋ ਅੰਦਰ ਕਰਨੇ ਵਾਲਾ, ਔਰ ਹਾਫਿਜ਼ ਔਰ ਕਾਰੀਓਂ ਕੋ ਸੈਯਦ ਜ਼ਾਦੋਂ ਕੇ ਘਰੋਂ ਮੇਂ ਵੀ ਉਨਕੀ ਦੀਵਾਰੇ ਫਲਾਂਗ ਕਰ ਸੈਯਦ ਜ਼ਾਦੀਓਂ ਕੀ ਤਕੱਦਸ ਕੋ ਵੀ ਪਾਮਾਲ ਕਰਨੇ ਵਾਲਾ, ਔਰ ਮਸਾਜਿਦ ਮੇਂ 10-10, 15-15 ਨਮਾਜ਼ ਨਾ ਹੋਈ, ਜੂਤੋ ਸਮੇਤ ਫੋਰਸਿਸ ਬੈਠੀ ਰਹੀ, ਹਜ਼ਾਰੋਂ ਦਹਿਸ਼ਤ ਗਰਦੀ ਕੇ ਪਰਚੇ ਕਟੇ, ਹਜ਼ੂਰ ਕੀ ਇੱਜ਼ਤ ਕੀ ਖਾਤਿਰ ਜੋ ਲੋਕ ਬਾਹਰ ਨਿਕਲੇ ਉਨਕੇ ਬਹੁਤ ਬੜੇ ਬੜੇ ਫਿਤਨੇ ਸਰ ਉਠਾ ਰਿਹਾ। ਕੋਈ ਫਕਤ ਦੀਨ ਰਸੂਲੁੱਲਾ ਦਾ ਲਾਵਾਰਿਸ ਨਹੀਂ, ਆਪਣਾ ਬਕ ਬਕੇ ਬੰਦ ਕਰੋ, ਦੀਨ ਵਹੀ ਹੈ ਜੋ ਰਸੂਲੁੱਲਾ ਦੇ ਕਰ ਗਏ। ਬਸ ਇਹ ਨਾ ਹੋਵੇ ਕਿ ਤਾਰੀਖ ਲੱਭਾ ਗਿਆ ਰਸੂਲੁੱਲਾ ਤੁਹਾਡੇ ਗਰਦਨ ਤੱਕ ਵੀ ਆ ਜਾਏ, ਫਿਤਨੇ ਨਹੀਂ ਉਠੇਂਗੇ ਇਨਸ਼ਾਅੱਲਾ, ਉਨ ਫਿਤਨੋਂ ਕਾ ਮੁਕਾਬਲਾ ਹੋਗਾ। ਅਬ ਜੋ ਵੀ ਫਿਤਨਾ ਉਠੇਗਾ ਉਸ ਫਿਤਨੇ ਕੋ ਖਤਮ ਕਰ ਦਿਆ ਜਾਏਗਾ। ਇਸ ਵਾਸਤੇ ਤਾਰੀਖ ਲੱਭਾ ਗਿਆ ਰਸੂਲੁੱਲਾ ਆਲਮ ਇਸਲਾਮ ਕੇ ਲਈ ਇੱਕ ਮੀਨਾਰੇ ਨੂਰ ਹੈ। ਜਾਮ ਵਿਸਾਲ ਦਾ ਪੀਣ ਵਾਲੇ ਆਸ਼ਿਕ ਮਸਤ ਜਮਾਲ ਹੋ ਰੋਂਦੇ, ਦਰ ਮੰਗ ਮਲੰਗ ਬੇਨੰਗ ਸ਼ੋਦੇ, ਸਾਹਿਬੇ ਦਰ ਤੇ ਹਾਲ ਹੋ ਰੋਂਦੇ, ਟੁਕੜੇ ਮੰਗ ਤੇ ਸ਼ੋਰ ਬੇ ਪੀਣ ਵਾਲੇ ਹਰ ਕਾਲ ਮਕਾਲ ਹੋ ਰੋਂਦੇ, ਸੀਨਾ ਡਾਣ ਵਾਲੇ ਵਿੱਚ ਜੰਗ ਆਲਮ ਸ਼ੇਰ ਸਿਫਤ ਕਿਤਾਲ ਹੋ ਰੋਂਦੇ। ਇਸ ਬਾਤ ਕੀ ਵਜ਼ਾਹਤ ਕਰਨਾ ਚਾਹਤਾ ਹੂੰ ਕਿ ਮੈਂ ਖਾਦਮ ਹੁਸੈਨ ਰਿਜ਼ਵੀ ਨਾ ਮੂੰਹ ਸੇ ਰਿਸਾਲਤ ਗੁਲਸ਼ਨ ਅੰਦਰ ਕੋਈ ਸੂਰ ਨਾ ਫੇਰਾ ਪਾਵੇ, ਬਸ ਇਤਨੀ ਬਾਤ। ਉਨ੍ਹੇ ਜਾਨਾ ਔਰ ਉਨ੍ਹੇ ਜਾਨਾ ਔਰ ਉਨ੍ਹੇ ਜਾਨਾ ਔਰ ਉਨ੍ਹੇ ਜਾਨਾ ਉਨ੍ਹੇ ਜਾਨਾ ਹਮੇ ਜੇਲ ਮੇ ਆਕਰ ਇੱਕ ਧਮਕੀ ਲਗਾਈ ਥੀ, ਅਬ ਤੁਮ ਜਬ ਬਾਹਰ ਜਾਓਗੇ ਤੁਮਹਾਰਾ ਸਾਫਟਵੇਅਰ ਅਪਡੇਟ ਹੋਗਾ। ਮੈਨੇ ਕਹਾ ਹਮ ਮੁਹੰਮਦ ਅਰਬੀ ਕੇ ਗੁਲਾਮ ਹੈ, ਤੁਮਹਾਰੀ ਹਾਰਡ ਡਿਸਕ ਛੁਡਾ ਕਰ ਦੇਂਗੇ, ਤੁਮ ਜਾਣਦੇ ਨਹੀਂ। ਪਾਕਿਸਤਾਨ ਕੇ ਅੰਦਰ 298/B ਔਰ 295C ਕੋ ਜੋ ਛੇੜਨੇ ਕੀ ਕੋਸ਼ਿਸ਼ ਕਰੇਗਾ ਹਮ ਉਸਕੋ ਜੜ ਸੇ ਉਖਾੜ ਕੇ ਰੱਖ ਦੇਂਗੇ। ਯੇ ਪਾਕਿਸਤਾਨ ਤੁਹਾਡੀ ਬਦਮਾਸ਼ੀਓ ਕੇ ਲਿਏ ਨਹੀਂ ਬਣਾ, ਯੇ ਰਸੂਲੁੱਲਾ ਕੀ ਖਤਮੇ ਨਬੂਵਤ ਪਰ ਪਹਿਰੇਦਾਰੀ ਕੇ ਲਿਏ ਬਣਾ ਹੈ। ਅਸਲ ਪ੍ਰੋਬਲਮ ਤੁਮੇ ਯੇ ਹੋਈ ਕਿ ਹਮਨੇ ਤਹਿਰੀਕ ਲਬੈਕ ਪਾਕਿਸਤਾਨ ਕੋ ਵੋਟ ਇਨਕੇ ਚੋਰੀ ਕੀਏ, ਹਮਨੇ ਇਨਕਾ ਮੈਂਡੇਟ ਚੋਰੀ ਕੀਆ, ਇਹ ਫਿਰ ਵੀ ਖਤਮੇ ਨਬੂਵਤ ਦੇ ਪਹਿਰਾ ਦੇ ਰਹੇ ਨੇ। ਤੋ ਮੈਨੇ ਕਹਾ ਖਤਮੇ ਨਬੂਵਤ ਪਰ ਪਹਿਰਾ ਦੇਨੇ ਕੇ ਲਿਏ ਸੀਟੂ ਕਾ ਹੋਣਾ ਜ਼ਰੂਰੀ ਨਹੀਂ ਹੈ, ਬਸ ਬੰਦਾ ਇੱਕ ਪਿਓ ਦਾ ਪੁੱਤਰ ਹੋਵੇ। ਜੋ ਹਾਮੀ ਹੈ ਵੋ ਓਰਿਜਨਲ ਹਰਾਮੀ ਹੈ।